ਅੱਛੇ ਬਾਦਲ ਸਾਹਿਬ ਦੇਖ ਲਓ ਸਾਲੀ ਉਹੀ ਗੱਲ ਹੋ ਗਈ ਜਿਹੜੀ ਕਹਿੰਦੇ ਹੁੰਦੇ ਨੇ ਵੀ ਤੀਜਾ ਰਲਿਆ ਸਾਲਾ ਕੰਮ ਗਲਿਆ ਸਾਲੇ ਨੇ ਸਾਰਾ ਹੀ ਕੰਮ ਗਾਲਤਾ ਹੂੰ। ਹੋਰ ਕੈਪਟਨ ਸਾਹਿਬ ਮੈਂ ਵੀ ਤੁਹਾਨੂੰ ਇਹੀ ਗੱਲ ਕਹਿਣ ਲੱਗਿਆ ਸੀ ਵੀ ਸਾਲੀ ਵਧੀਆ ਬਾਰੀ ਆਪਣੀ ਬੰਨੀ ਹੋਈ ਸੀ ਪੰਜ ਪੰਜ ਸਾਲ ਦੀ ਸਾਲੇ ਨੇ ਫੁੱਦੂ ਜੇ ਨੇ ਕੰਮ ਹੀ ਖਰਾਬ ਕਰਤਾ ਸਾਰਾ। ਕਿਉਂ ਐ ਦੇਖ ਲਓ ਬਾਦਲ ਸਾਹਿਬ ਸਾਲੇ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਸਾਲਾ ਮਿੰਟੋ ਮਿੰਟ ਜੀ ਸਾਰਾ ਕੰਮ ਕਰ ਗਿਆ ਸਾਲਾ ਪਤਾ ਹੀ ਨਹੀਂ ਲੱਗਿਆ ਕਦੋਂ ਸਾਲਾ ਕੀ ਹੋ ਗਿਆ। ਅੱਛਾ ਹੁਣ ਕੈਪਟਨ ਸਾਹਿਬ ਐ ਦੇਖੋ ਤੁਸੀਂ ਸਾਲਾ ਇੰਨੀ ਲੱਸੀ ਕਰ ਗਿਆ ਆਪਣੀ ਤਾਂ ਸਾਲਾ ਆਪਣੇ ਵਾਲੀਆਂ ਸੀਟਾਂ ਵੀ ਹਿਲਾ ਗਿਆ ਜਿਹੜੀਆਂ ਸਾਲੀਆਂ ਕਦੇ ਹਿੱਲੀਆਂ ਹੀ ਨਹੀਂ ਸੀ ਕਿਸੇ ਤੋਂ। ਉਹ ਚਲੋ ਛੱਡੋ ਬਾਦਲ ਸਾਹਿਬ ਸਾਲੀਆਂ ਉਹ ਦਿਨ ਜੇ ਸੋਚ ਕੇ ਸਾਲਾ ਦਿਮਾਗ 'ਤੇ ਲੋੜ ਜਿਹਾ ਹੀ ਪੈ ਜਾਂਦਾ। ਤੁਸੀਂ ਹੋਰ ਕੋਈ ਗੱਲਬਾਤ ਸੁਣਾਓ, ਹੋਰ ਦਾਰੂ ਸਿੱਕਾ ਕਿਵੇਂ ਚੱਲਦਾ? ਉਹ ਦਾਰੂ ਸਿੱਕੇ ਦਾ ਤੁਹਾਨੂੰ ਕੀ ਦੱਸਾਂ ਕੈਪਟਨ ਸਾਹਿਬ, ਇੱਕ ਤਾਂ ਸਾਲੀ ਪੈਨਸ਼ਨ ਇੱਕੋ ਹੀ ਰਹਿ ਗਈ, ਉਹ ਸਾਲੀ ਮਾੜੀ ਲਾਦ ਨੇ ਉਹਨੇ ਲੈ ਲਿਆ ਮੈਨੂੰ, ਉਹਦੇ ਨਹੀਂ ਸੜਦਾ ਮੈਥੋਂ ਤਾਂ ਖਰਚਾ ਪੂਰਾ ਹੁੰਦਾ। ਨਾ ਬਾਦਲ ਸਾਹਿਬ ਖਰਚਾ ਪਾਣੀ ਤਾਂ ਉਹ ਆਪਣਾ ਲੋਟ ਚੱਲੀ ਜਾਂਦਾ, ਪਰ ਮੈਨੂੰ ਸਾਲਾ ਮੋਦੀ ਵਾਲਾ ਵੀ ਕੰਮ ਐਤਕੀ ਖਤਰੇ 'ਚ ਹੀ ਲੱਗਦਾ। ਕੈਪਟਨ ਸਾਹਿਬ ਊਂ ਇੱਕ ਗੱਲ ਆ, ਜੇ ਸਾਲੀ ਰੂਸਾਂ ਨਾਲ ਗੱਲਬਾਤ ਕਰਕੇ ਪਾਕਿਸਤਾਨ 'ਚ ਜੇ ਤੁਸੀਂ ਕੋਈ ਜੁਗਾੜ ਲਾ ਲਵੋ ਵਧੀਆ ਲੋਟ ਆ ਜੂ ਉੱਤੇ ਆਪਣਾ, ਤੁਹਾਡੇ ਪਿੱਛੇ ਹੀ ਅਸੀਂ ਆ ਜਾਵਾਂਗੇ, ਇੱਥੇ ਨਹੀਂ ਆਪਣਾ ਸਾਲਾ ਲੋਟ ਆਉਣਾ। ਉਹ ਨਾ ਨਾ ਬਾਦਲ ਸਾਹਿਬ ਇਹ ਨਾ ਸੋਚੋ ਕਦੇ ਤੁਸੀਂ, ਮੇਰਾ ਤਾਂ ਸਾਲਾ ਉੱਤੇ ਬਹੁਤ ਕੰਮ ਖਰਾਬ ਆ। ਮੈਂ ਰੂਸਾਂ ਨਾਲ ਗੱਲ ਕਰੀ ਸੀ, ਉਹ ਕਹਿੰਦੀ ਤੈਨੂੰ ਤਾਂ ਇੱਥੇ ਬਾਰਡਰ 'ਤੇ ਦੇਖਣ ਸਾਰੀ ਗੋਲੀ ਦਾ ਆਰਡਰ ਆ। ਸਬਸਕ੍ਰਾਈਬ ਨਾਓ and press the bell icon.